ਅਸੀਂ ਇਸ ਵਕਤ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਹਾਂ ਜਿੱਥੇ ਕਿ ਅੱਜ ਕੈਦੀਆਂ ਨੂੰ ਰਿਹਾਅ ਕਰਾਇਆ ਜਾ ਰਿਹਾ। ਦਰਅਸਲ ਉਹ ਕੈਦੀ ਨੇ ਜਿਹੜੇ ਕਿ ਕੋਰੋਨਾ ਵਾਇਰਸ ਦੇ ਕਰਕੇ ਬਾਹਰ ਆ ਰਹੇ ਨੇ। ਦਰਅਸਲ ਪੰਜਾਬ ਸਰਕਾਰ ਵੱਲੋਂ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਸੀ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਉਹ ਲੋਕ ਜਿਹੜੇ ਨੇ ਜਿਹੜੇ ਕਿ ਕਿਤੇ ਨਾ ਕਿਤੇ ਜ਼ਿਲ੍ਹਾ ਦੇ ਵਿੱਚ ਸੰਕਟਾਂ ਜ਼ਿਆਦਾ ਹੋਣ ਕਰਕੇ ਕਰਾਂਗੇ, ਉਹਨਾਂ ਨੂੰ ਜਿਹੜਾ ਹਵਾ ਦੇ ਰੱਖੇ ਨੇ ਦੇਖ ਸਕਦੇ ਹੋ, ਦੋ ਮਹਿਲਾਵਾਂ ਵੀ ਨੇ ਉਹ ਵੀ ਬਾਹਰ ਆਈਆਂ ਨੇ। ਜਿਹੜੇ ਕਿ ਵੱਖ ਵੱਖ ਕੇਸਾਂ 'ਚ ਬੰਦੀ ਇਹਨਾਂ ਨੂੰ 6 ਹਫ਼ਤਿਆਂ ਦੀ ਪਰੋਲ ਦੇ ਉੱਤੇ ਜਿਹੜਾ ਹੈ ਬਾਹਰ ਕੱਢਿਆ ਗਿਆ, ਕਈਆਂ ਦੋ ਅਮਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਉਹ ਰਿਹਾਅ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਅੱਜ ਇੱਥੇ ਜੇਲ੍ਹ ਦੇ ਵਿੱਚੋਂ ਰਿਹਾ ਕਰ ਰਿਹਾ। ਕੇਂਦਰੀ ਜੇਲ੍ਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਦੇਖੋ ਕਿਸ ਤਰੀਕੇ ਦੇ ਨਾਲ ਜੇਲ੍ਹ 'ਚੋਂ ਕੈਦੀ ਜਿਹੜੇ ਨੇ ਬਾਹਰ ਆ ਰਹੇ ਨੇ, ਔਰ ਉਹਨਾਂ ਦੇ ਨਾਲ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਜੇਲ੍ਹ ਦੇ ਸਟਾਫ ਹੈ ਉਹ ਵੀ ਜਿਹੜਾ ਹੈ ਉਹਨਾਂ ਦੇ ਨਾਲ ਸਾਡੇ ਨਾਲ ਜਦੋਂ ਅੱਜ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਆਖਿਆ ਸੀ ਕਿ ਜਿਹੜੇ ਛੋਟੇ ਛੋਟੇ ਕੇਸ ਉਹਨਾਂ ਨੂੰ ਬਾਹਰ ਕੱਢਣ ਜਿਹੜਾ ਹੈ ਮੈਂ ਰਣਵੀਰ ਸਿੰਘ ਪਿੰਡ ਧਾਰੀਵਾਲ ਬੁੱਗਾ ਦਾ ਵਸਨੀਕ ਹਾਂ ਜੀ। ਮੈਂ ਇੱਥੇ 302 ਤਹਿਤ ਸਜ਼ਾ ਕੱਟ ਰਿਹਾ ਵਾਂ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਨੂੰ ਕੋਰੋਨਾ ਵਾਇਰਸ ਤੋਂ ਪ੍ਰਭਾਵ ਤੋਂ ਬਚਾਉਣ ਲਈ ਪਰਿਵਾਰਾਂ 'ਚ ਰਹਿਣ ਲਈ 2 ਹਫ਼ਤੇ 6 ਹਫ਼ਤੇ ਪਰੋਲ 'ਤੇ ਭੇਜਿਆ ਜਾ ਰਿਹਾ ਜੀ। ਅਸੀਂ ਪ੍ਰਸ਼ਾਸਨ ਦੇ ਤਹਿਤ ਵੱਲੋਂ ਧੰਨਵਾਦ ਦੀ ਹਾਂ ਜਿਹਨਾਂ ਦਿਨ ਰਾਤ ਇੱਕ ਕਰਕੇ ਸਾਡੀਆਂ ਲਿਸਟਾਂ ਤਿਆਰ ਕਰਕੇ ਸਾਨੂੰ ਇਸ ਜੇਲ੍ਹ 'ਚੋਂ ਬਾਹਰ ਰਿਹਾਈ ਦਵਾਈ ਹੈ। ਕਿਸ ਤਰ੍ਹਾਂ ਦੀ ਹਦਾਇਤਾਂ ਦਿੱਤੀਆਂ ਸਾਨੂੰ? ਪਰਿਵਾਰ ਵਿੱਚ ਇਕਾਂਤਵਾਸ 'ਚ ਰਹਿ ਕੇ ਪਰਿਵਾਰ ਦੇ ਨਾਲ ਰਹਿੰਦੀਆਂ ਹਦਾਇਤਾਂ ਜੀ। ਉਹਨਾਂ ਆਖਿਆ ਬਹੁਤ ਤੁਸੀਂ ਬਾਹਰ ਸੜਕਾਂ 'ਤੇ ਨਹੀਂ ਘੁੰਮਣਾ, ਪਰਿਵਾਰ ਦੇ ਵਿੱਚ ਰਹਿਣਾ ਵਾ ਅਤੇ 6 ਹਫ਼ਤੇ ਤੁਸੀਂ ਕੱਟ ਕੇ ਅਤੇ ਪਰਿਵਾਰ 'ਚ ਹੀ ਕੱਟਣੇ ਸਰ ਜੀ। ਸਰ ਮੇਰਾ ਨਾਮ ਸ਼ਰਨਜੀਤ ਆ। ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਜਿਹੜਾ ਸਾਨੂੰ ਬਾਹਰ ਕੱਢਿਆ ਗਿਆ ਹੈ, ਅੰਦਰ ਇੰਨੀ ਜਨਤਾ ਸੀ ਸਾਰੀ ਬਾਹਰ ਨਿਕਲ ਰਹੀ ਆ। ਅਤੇ ਸਰ ਅਸੀਂ 4 ਸਾਲ ਹੋ ਗਏ ਸਾਨੂੰ ਅੰਦਰ, ਪਰ ਜਿਨ੍ਹਾਂ ਨੂੰ 20 ਸਾਲ ਦੀ ਸਜ਼ਾ ਸਰ ਇਹ ਅੱਗੇ ਸਾਨੂੰ ਜੱਜਾਂ ਕੋਲ ਜ਼ਮਾਨਤਾਂ ਪੱਕੀਆਂ ਮਿਲਣੀਆਂ ਚਾਹੀਦੀਆਂ ਹਨ। ਸਰਕਾਰ ਧੰਨਵਾਦ ਆ। ਕੀ ਹਦਾਇਤਾਂ ਦਿੱਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਤੁਹਾਨੂੰ? ਸਰ ਉਹਨਾਂ ਨੇ ਇਹੀ ਕਿਹਾ ਕਿ ਮਤਲਬ ਵੀ ਇੰਨੇ ਇਕੱਠ ਨਹੀਂ, ਆਪਾਂ ਇਕੱਠ ਦੇ ਵਿੱਚ ਨਹੀਂ ਰਹਿਣਾ ਹੈਗਾ ਵੀ, ਅਤੇ ਆਪਣਾ ਮਾਸਕ ਪਹਿਨ ਕੇ ਰੱਖਣਾ ਹੈ, ਵਾਰ ਵਾਰ ਆਪਣੇ ਹੱਥ ਸਾਫ਼ ਕਰਨੇ ਆ, ਅਤੇ ਬਾਹਰ ਘਰਾਂ 'ਚੋਂ ਨਹੀਂ ਨਿਕਲਣਾ, ਜਾਣੇ ਅਤੇ ਜਹਾਨ ਹੈ। ਅਸੀਂ ਸਰ 20 ਸਾਲ ਕੈਦੀ ਹਾਂ, 20 ਸਾਲ ਕੈਦੀ ਹਾਂ। ਸਾਨੂੰ ਇਹ ਜੀ ਛੁੱਟੀ 'ਤੇ ਭੇਜਿਆ ਜਾ ਰਿਹਾ ਜੀ। ਕਿਸ ਕਾਰਨ? ਇਹ ਜਿਹੜੀ ਇਹ ਵਾਹਵਾਰੀ ਨਿਕਲੀ ਹੈ ਇਸ ਦੇ ਕਾਰਨ ਸਾਨੂੰ ਛੁੱਟੀ ਭੇਜਿਆ ਜਾ ਰਿਹਾ ਜੀ। ਸਰਕਾਰ ਨੇ ਜੋ ਕੀਤੀ ਉਹ ਗੱਲ, ਉਹਦੀ ਵਜ੍ਹਾ ਨਾਲ ਸਾਨੂੰ ਭੇਜਿਆ ਜਾਣ ਡਿਆ ਘਰੋ ਘਰੀ। ਅਤੇ ਸੁਪਰਡੈਂਟ ਬਹੁਤ ਚੰਗੇ ਬੰਦੇ ਨੇ, ਸਾਡੀ ਬੜੀ ਸਹੂਲਤ ਕੀਤੀ, ਬੜੀ ਸਾਡੀ ਮਦਦ ਕੀਤੀ ਜੀ ਉਹਨਾਂ ਨੇ। ਅੱਜ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਜੋ ਪੰਜਾਬ ਸਰਕਾਰ ਨੇ ਹਾਈ ਪਾਵਰਡ ਕਮੇਟੀ ਬਣਾਈ ਸੀਗੀ, ਉਹਨਾਂ ਦੀਆਂ ਜਿਹੜਾ ਇੰਸਟਰਕਸ਼ਨਾਂ ਅਤੇ ਕਟੀਰੀਆ ਹਦਾਇਤਾਂ ਮੁਤਾਬਕ 30 ਕੈਦੀ ਅਤੇ 27 ਅੰਡਰ ਟ੍ਰਾਇਲ ਜਿਹੜੇ ਆ ਬੰਦੀ ਛੱਡ ਰਹੇ ਹਾਂ। ਕੱਲ੍ਹ ਅਸੀਂ 131 ਅੰਡਰ ਟ੍ਰਾਇਲ 'ਤੇ ਬੰਦੀ ਕੈਦੀ ਬੰਦੀ ਛੱਡੇ ਸੀਗੇ, ਪਰਸੋਂ ਅਸੀਂ 61 ਕੈਦੀ ਅਤੇ ਹਵਾਲਾਤੀ ਬੰਦੀ ਛੱਡੇ ਸੀਗੇ। ਅਸੀਂ ਜਿਹੜਾ ਇਹ ਕਰੋਨਾ ਵਾਇਰਸ ਮੁੱਕ ਰੱਖਦੇ ਹਾਂ, ਜਿਹੜਾ ਸੁਪਰੀਮ ਕੋਰਟ ਮਾਣਯੋਗ ਪੰਜਾਬ ਸਰਕਾਰ ਅਤੇ ਹਾਈ ਪਾਵਰਡ ਕਮੇਟੀ ਦੀਆਂ ਇੰਸਟਰਕਸ਼ਨਾਂ 'ਤੇ ਜਿਹੜੇ ਇਹਨਾਂ ਨੂੰ ਉਹਨਾਂ ਦੇ ਕਟੀਰੀਏ ਮੁਤਾਬਕ ਇੰਸਟਰਕਸ਼ਨਾਂ ਮੁਤਾਬਕ ਛੱਡ ਰਹੇ ਹਾਂ, ਤਾਂ ਕਿ ਆਪਦੇ ਪਰਿਵਾਰਾਂ 'ਚ ਜਾ ਕੇ ਆਪਦੇ ਬੱਚਿਆਂ ਦੀ ਪਰਿਵਾਰਾਂ ਦੀ ਦੇਖਭਾਲ ਕਰ ਸਕਣ। ਇਹਦੇ ਤੋਂ ਇਲਾਵਾ ਜੋ ਜੇਲ੍ਹ 'ਚ ਕਰਾਊਡ ਵੀ ਘਟਾਇਆ ਜਾ ਰਿਹਾ, ਉਸ ਕਰਕੇ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਆ। ਇੱਥੇ ਕਿੰਨੀ ਕਪੈਸਿਟੀ ਹੈ ਔਰ ਕਿੰਨੇ ਕੈਦੀ ਜਿਹੜੇ ਫਿਲਹਾਲ ਰਹਿ ਰਹੇ? ਇਸ ਜੇਲ੍ਹ 'ਚ ਇਸ ਵੇਲੇ 3200 ਕੈਦੀ ਆ,
ਅਤੇ 2260 ਦੀ ਕੰਪੈਸਟੀ ਆ, ਤਕਰੀਬਨ ਅਸੀਂ 200 ਦੇ ਕਰੀਬ ਦੋ ਦਿਨਾਂ 'ਚ ਪਹਿਲਾਂ ਛੱਡ ਚੁੱਕੇ ਹਾਂ। ਅੱਜ ਅਸੀਂ 30 ਕੈਦੀ ਅਤੇ 27 ਅੰਡਰ ਟ੍ਰਾਇਲ ਕੈਦੀ ਬੰਦੀ ਛੱਡ ਰਹੇ ਹਾਂ। ਹੋਰ ਵੀ ਕੈਦੀ ਛੱਡਣੇ? ਹਾਂਜੀ ਹਾਂਜੀ ਛੱਡ ਰਹੇ ਹਾਂ, ਸਾਰੀ ਛਾਣਬੀਨ ਪੇਪਰ ਵਰਕ ਕਰ ਰਹੇ ਹਾਂ, ਕਿਉਂਕਿ ਪਹਿਲਾਂ ਅਸੀਂ ਜੱਜ ਸਾਹਿਬ ਦਾ ਹੁਕਮ ਆਉਂਦਾ, ਫਿਰ ਅਸੀਂ ਵਾਰੰਟ ਲੈ ਕੇ ਜਾਂਦੇ ਹਾਂ, ਫਿਰ ਉਹ ਵੀਡੀਓ ਕਾਨਫਰੰਸ ਕਰਦੇ ਆ, ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਫਾਈਨਲ ਹੁਕਮ ਤੋਂ ਬਾਅਦ ਅਸੀਂ ਵਾਰੰਟ ਚੈੱਕ ਕਰਕੇ ਸਾਰਿਆਂ ਨੂੰ ਜਿਹੜਾ ਰਿਹਾਅ ਕੀਤਾ ਜਾਂਦਾ। ਕੈਦੀ ਰਿਹਾਅ ਕਰ ਰਹੇ, ਦੂਜੇ ਪਾਸੇ ਕੈਦੀ ਆ ਵੀ ਰਹੇ ਜੇਲ੍ਹਾਂ 'ਚ? ਕੈਦੀ ਆ ਵੀ ਰਹੇ ਨੇ ਪਰ ਘੱਟ ਆ ਰਹੇ ਨੇ, ਹੁਣ ਉਹ ਘੱਟ ਆ ਰਹੇ ਨੇ ਪਰ ਆ ਰਹੇ ਨੇ ਘੱਟ ਆ ਰਹੇ ਨੇ। ਸਰ ਜਿਹੜੇ ਕੈਦੀ ਛੱਡ ਰਹੇ ਹੋ ਉਹਨਾਂ ਨੂੰ ਉਮਰ ਦਾ ਤਕਾਜ਼ਾ ਜਾਂ ਫਿਰ ਕੋਈ ਕੇਸਾਂ ਨੂੰ ਵੀ ਮੱਦੇਨਜ਼ਰ ਰੱਖਿਆ ਜਾ ਰਿਹਾ, ਕਿਹੜੇ ਕੇਸ ਛੱਡਣੇ? ਹਾਂ ਉਹਨਾਂ ਦਾ ਜਿਹੜਾ ਹੈਗਾ ਜਿਵੇਂ NDPS ਐਕਟ ਵਿੱਚ 3 ਸਾਲ ਤੋਂ ਥੱਲੇ ਵਾਲੇ ਛੱਡਣੇ ਆ ਅਤੇ ਬਾਕੀ 7 ਸਾਲ ਵਾਲੇ, ਕੁਛ ਇਹੋ ਜਿਹਾ ਇੱਕ ਥਰਡ ਕਰਟੀਰੀਆ ਜਿਹੜਾ ਹੈਗਾ ਜਿਹੜੀ ਬੰਦੇ ਦੀ 65 ਸਾਲ ਬੰਦੀ ਦੀ ਉਮਰ ਆ, ਕੈਦੀ ਜਿਹੜਾ ਬੰਦੀ ਉਹਦੀ 65 ਸਾਲ ਉਮਰ ਆ ਅਤੇ 10 ਸਾਲ ਤੋਂ ਸਜ਼ਾ ਘੱਟ ਆ, ਉਹਨਾਂ ਨੂੰ ਛੱਡਿਆ ਜਾ ਰਿਹਾ। ਪਰ ਉਹਦੇ 'ਚ ਕਈ ਜਿਹੜੀਆਂ ਸੈਕਸ਼ਨਾਂ ਜਿਹਨਾਂ ਨਹੀਂ ਛੱਡ ਰਹੇ, ਜਿਵੇਂ 376 ਆ ਅਤੇ 379B ਆ, ਜਿੰਨੇ ਵੀ ਦੇਸ਼ ਵਿਰੋਧੀ ਐਕਟੀਵਿਟੀ ਨਾਲ ਹੈਗਾ ਕਾਨੂੰਨ, ਚਾਹੇ ਉਹ ਹੈਗਾ ਐਕਸਪਲੋਸਿਵ ਐਕਟ, ਚਾਹੇ ਉਹ ਜਿਵੇਂ ਆਹ ਤੁਹਾਡੇ ਆ ਡਰੋਨ ਵਗੈਰਾ ਫੜੇ ਸੀ, ਕੋਈ ਵੀ ਦੇਸ਼ ਵਿਰੋਧੀ ਗਤੀਆਂ ਵਾਲੇ ਜਿਹੜੇ ਨੇ ਬੰਦੀ, ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਇਹਦੇ ਤੋਂ ਇਲਾਵਾ 326A ਜਿਹੜੇ ਤੇਜ਼ਾਬ ਵਗੈਰਾ ਪਾਇਆ ਅਤੇ ਪੋਸਕੋ ਐਕਟ, ਇਹ ਧਾਰਾ ਦੇ ਅਧੀਨ ਨਹੀਂ ਛੱਡੇ ਜਾ ਰਹੇ। ਬਾਕੀ ਜਿਹੜੇ ਉਹ ਕਟੀਰੀਆ 'ਚ ਆਉਂਦੇ ਆ ਉਹ ਇੰਸਟ੍ਰਕਸ਼ਨਾਂ ਮੁਤਾਬਕ ਉਹਨਾਂ ਨੂੰ ਰਿਹਾਅ ਕੀਤਾ ਜਾ ਰਿਹਾ। ਸਰ ਇਹਨਾਂ ਨੂੰ ਛੱਡਣ ਦਾ ਕੀ ਤੁਹਾਡੇ ਕੋਲ ਪ੍ਰਾਵਧਾਨ ਹੈ ਅਤੇ ਕੀ ਇਹਨਾਂ ਨੂੰ ਗੇਟੋਂ ਬਾਹਰ ਛੱਡ ਦੋਗੇ ਜਾਂ ਇੱਥੇ ਛੱਡ ਦੋਗੇ? ਨਹੀਂ ਨਹੀਂ, ਪੁਲਿਸ ਦੀਆਂ ਗੱਡੀਆਂ ਆਉਂਦੀਆਂ, ਬਕਾਇਦਾ ਪੁਲਿਸ ਬਾਹਰ ਕਰਫਿਊ ਲੱਗਾ, ਪੁਲਿਸ ਦੇ ਅਸੀਂ ਹੈਂਡਓਵਰ ਕਰਦੇ ਹੋ, ਇਹਨਾਂ ਨੂੰ ਘਰੋਂ ਘਰ ਤੱਕ ਪਹੁੰਚਾਉਂਦੇ ਹੋ। ਵੇਖੋ ਕੱਲ੍ਹ ਵੀ 4 ਗੱਡੀਆਂ ਆਈਆਂ ਸੀ, 1 ਗੱਡੀ ਉਹ ਵੇਖੋ ਹੁਣ ਵੀ ਆ ਚੁੱਕੀ ਆ, ਹੋਰ ਬਾਕੀ ਆ ਰਹੀਆਂ। ਕੋਈ ਸਰ ਇਹਨਾਂ ਦਾ ਚੈੱਕਅਪ ਕਰਾਇਆ ਜਾਏਗਾ ਆਈਸੋਲੇਸ਼ਨ ਵਾਰਡ ਦੇ ਵਿੱਚ ਕਿਸੇ ਤਰ੍ਹਾਂ ਦਾ? ਨਹੀਂ ਨਹੀਂ, ਸਾਡੇ ਕੋਲ ਤਾਂ ਜੇਲ੍ਹ ਆਈਸੋਲੇਸ਼ਨ ਹੀ ਆ, ਬਾਹਰੋਂ ਆਉਂਦਾ ਨਹੀਂ, ਪਰ ਅੱਗੇ ਜਾ ਕੇ ਇਹਨਾਂ ਨੇ ਵੇਖਣਾ ਵੀ ਕਿੱਥੇ ਕਿੱਥੇ ਜਾਂਦੇ। ਇਹਨਾਂ ਨੂੰ ਮਾਸਕ ਵਗੈਰਾ ਦਿੱਤੇ, ਅੱਗੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਗਾਈਡ ਕੀਤਾ ਹੋਇਆ, ਗਾਈਡਲਾਈਨ ਦੇ ਬਾਰੇ ਦੱਸਿਆ ਹੋਇਆ। ਓਕੇ ਜੀ, ਥੈਂਕ ਯੂ।